ਫੇਸਬੁੱਕ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲੇ ਕਾਫੀ ਦੇਰ ਤੋਂ 3-4 ਮਹੀਨੇ ਤੋਂ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾ ਰਹੇ ਹੋ ਕਿ ਕੈਨੇਡਾ ਸਟੱਡੀ ਵੀਜ਼ਾ ਸਾਰੇ ਪੈਸੇ ਵੀ ਗਲਤ ਹੋ ਗਏ। ਬਹੁਤ ਸਾਰੇ ਸਟੂਡੈਂਟਸ ਜਿਹੜੇ ਇਸ ਮਹੀਨੇ ਸਪਟੰਬਰ ਸਟਾਰਟਿੰਗ ਦੇ ਵਿੱਚ ਸੈਮੀਨਾਰਸ ਦੇ ਵਿੱਚ ਵੀ ਆਏ ਸੀਗੇ, ਜੋ ਕਿ ਸੈਮੀਨਾਰਸ 1 ਸਪਟੰਬਰ ਤੋਂ ਲੈ ਕੇ 5 ਸਪਟੰਬਰ ਤੱਕ ਕੀਤੇ ਗਏ ਸੀਗੇ, ਉਹ ਸਟੂਡੈਂਟਸ ਆਲਰੇਡੀ ਕੈਨੇਡਾ ਪਹੁੰਚਣੇ ਸ਼ੁਰੂ ਹੋ ਗਏ ਆ। ਕਈ ਸਟੂਡੈਂਟਸ ਨੂੰ ਮੈਂ ਮਿਲਿਆ, ਸੋ ਤੁਸੀਂ ਦੇਖ ਸਕਦੇ ਹੋ ਕਿ ਜਿੰਨੀ ਦੇਰ ਦੇ ਵਿੱਚ, ਅੱਜ ਆਪਾਂ 22 ਸਪਟੰਬਰ ਦੀ ਗੱਲ ਕਰ ਰਹੇ ਹਾਂ, ਜੇ 1-2 ਸਪਟੰਬਰ ਦੇ ਸੈਮੀਨਾਰਸ ਦੇ ਵਿੱਚ ਸਟੂਡੈਂਟ ਆਫਿਸ ਵਿਜ਼ਿਟ ਕੀਤੇ ਸੀਗੇ ਜਾਂ ਆਪਣੇ ਡਾਕੂਮੈਂਟਸ ਦੇ ਕੇ ਗਏ ਸੀਗੇ, ਤਾਂ ਤਕਰੀਬਨ 20 ਦਿਨ ਦੇ ਅੰਦਰ ਸਟੂਡੈਂਟ ਕੈਨੇਡਾ ਪਹੁੰਚ ਗਿਆ। 20 ਦਿਨ, ਜਿਹੜੇ 20 ਦਿਨਾਂ 'ਚ ਲੋਕਾਂ ਦੀ ਆਫਰ ਲੈਟਰ ਨਹੀਂ ਆਉਂਦੀ, ਲੋਕਾਂ ਦਾ GAC ਅਕਾਊਂਟ ਨਹੀਂ ਖੁੱਲਦਾ, ਫਿਰ ਫੀਸ ਨਹੀਂ ਟ੍ਰਾਂਸਫਰ ਹੁੰਦੀ, ਉਹ ਸਾਰੀਆਂ ਚੀਜ਼ਾਂ, ਉਹ ਸਾਰੀਆਂ ਖੱਜਲ ਖਰਾਬੀਆਂ ਨੂੰ ਛੱਡ ਕੇ 20 ਦਿਨਾਂ ਦੇ ਅੰਦਰ ਅੰਦਰ ਬਹੁਤ ਸਾਰੇ ਸਟੂਡੈਂਟਸ ਕੈਨੇਡਾ ਆਲਰੇਡੀ ਪਹੁੰਚ ਗਏ। ਹਰਿਤ, ਜੋ ਕਿ ਉਸ ਟਾਈਮ ਇੰਡੀਆ ਸੀਗਾ, ਇੰਡੀਆ ਦੇ ਵਿੱਚ ਸਟੂਡੈਂਟਸ ਨੂੰ ਮਿਲਿਆ, ਔਰ ਸਟੂਡੈਂਟਸ ਹੁਣ ਆ ਕੇ ਵੀ ਉਹਨੂੰ ਮਿਲਦੇ ਹੈ ਕਿ ਮੈਂ ਤੁਹਾਨੂੰ ਜਲੰਧਰ ਬ੍ਰਾਂਚ ਮਿਲਿਆ ਸੀਗਾ ਜਾਂ ਚੰਡੀਗੜ੍ਹ ਬ੍ਰਾਂਚ ਮਿਲਿਆ ਸੀ। ਕੋਸ਼ਿਸ਼ ਕਰਾਂਗੇ ਕਿ ਅਗਲੇ 1-2 ਦਿਨ 'ਚ ਇੱਦਾਂ ਦੇ 1-2 ਸਟੂਡੈਂਟਸ ਨੂੰ ਤੁਹਾਡੇ ਰੂਬਰੂ ਕਰਾਈਏ, ਲਾਈਵ ਕਰਾਈਏ, ਸੋ ਦੈਟ ਉਹ ਸਟੂਡੈਂਟ ਦੱਸ ਸਕੇ ਕਿ ਕਿੰਨੀ ਦੇਰ ਦੇ ਵਿੱਚ ਉਹ ਸਾਰਾ ਪ੍ਰੋਸੈਸ ਹੋ ਗਿਆ, ਜਿੰਨੀ ਦੇਰ ਦੇ ਵਿੱਚ ਸ਼ਾਇਦ ਉਹਦੇ ਕਜ਼ਨ ਦੇ ਜਾਂ ਉਹਦੇ ਪਿੰਡ ਦੇ ਕਿਸੇ ਹੋਰ ਸਾਥੀ ਦਾ ਵੀਜ਼ਾ ਕੀ ਆਫਰ ਲੈਟਰ ਤੱਕ ਨਹੀਂ ਆਈ। ਕਿਉਂਕਿ ਜਨਵਰੀ ਇਨਟੇਕ ਹਜੇ ਵੀ ਉਡੀਕ ਰਹੇ ਆ, ਜਨਵਰੀ ਇਨਟੇਕ ਦੀਆਂ ਕਹਿ ਰਹੇ ਜੀ ਸੀਟਾਂ ਮੁੱਕ ਗਈਆਂ, ਹੁਣ ਜਨਵਰੀ ਇਨਟੇਕ ਨਹੀਂ ਮਿਲਣਾ, ਸਪਟੰਬਰ 2020 ਮਿਲੂਗਾ ਜਾਂ ਮਈ 2020 ਮਿਲੂਗਾ, ਹਜੇ ਵੀ ਤੁਹਾਨੂੰ ਸੱਦਾ, ਖੁੱਲ੍ਹਾ ਸੱਦਾ ਨਵੰਬਰ 2019 ਲਈ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਸੀਂ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਬਹੁਤ ਸਾਰੇ ਸਟੂਡੈਂਟਸ ਨੇ ਇਸ ਚੀਜ਼ ਦਾ ਫਾਇਦਾ ਉਠਾਇਆ। ਜੇ ਤੁਸੀਂ ਹਜੇ ਵੀ ਇੰਤਜ਼ਾਰ ਕਰ ਰਹੇ ਹੋ, ਅੱਗੇ ਵੀ ਕਈ ਵਾਰੀ ਦੱਸਿਆ ਕਿ 21 ਅਕਤੂਬਰ ਨੂੰ ਇਲੈਕਸ਼ਨਸ ਨੇ ਕੈਨੇਡਾ 'ਚ, ਜੇ ਇੱਥੇ ਗੌਰਮੈਂਟ ਚੇਂਜ ਹੁੰਦੀ ਹੈ, ਜੇ ਪੋਲਿਸੀਜ਼ ਚੇਂਜ ਹੁੰਦੀਆਂ ਔਰ ਉਸ ਤੋਂ ਬਾਅਦ ਤੁਸੀਂ ਇੰਡੀਆ ਰਹਿ ਜਾਂਦੇ ਹੋ ਜਾਂ ਉਸ ਤੋਂ ਬਾਅਦ ਸੋਚਦੇ ਹੋ ਕਿ ਮੈਂ ਵੀਜ਼ਾ ਅਪਲਾਈ ਕਰਨਾ, ਫਿਰ ਹੋ ਸਕਦਾ ਤੁਸੀਂ ਪੱਕੇ ਤੌਰ 'ਤੇ ਇੰਡੀਆ ਹੀ ਰਹਿ ਜਾਓ। ਸੋ ਇਸ ਚੀਜ਼ ਦਾ ਵਿਚਾਰ ਤੁਸੀਂ ਕਰਨਾ, ਚੀਜ਼ ਤੁਹਾਡੇ ਸਾਹਮਣੇ ਹੈ, ਪ੍ਰੋਡਕਟ ਤੁਹਾਡੇ ਸਾਹਮਣੇ ਹੈ, ਤੁਹਾਨੂੰ ਪਤਾ ਕਿ ਇਸ ਚੀਜ਼ ਦਾ ਕਿੱਦਾਂ ਫਾਇਦਾ ਉਠਾਇਆ ਜਾ ਸਕਦਾ। ਅਦਰਵਾਈਜ਼ ਬੜਾ ਵਧੀਆ ਮੁਲਕ ਹੈ ਇੰਡੀਆ, ਹਿੰਦੁਸਤਾਨ 'ਚ ਰਹੋ, ਉੱਥੇ ਵਧੀਆ ਕਾਰੋਬਾਰ ਕਰੋ। ਅਤੇ ਸੈਕਿੰਡ ਜਿਹੜੀ ਚੀਜ਼ ਇੱਕ ਛੋਟੀ ਜਿਹੀ ਅਨਾਊਂਸ ਕਰਨੀ ਸੀਗੀ ਕਿ ਇਸੇ ਚੀਜ਼ ਨੂੰ ਅੱਗੇ ਤੋਰਦੇ ਹੋਏ, ਹਜੇ ਤੱਕ UK ਬਾਰੇ ਤੁਸੀਂ ਸੋਚਦੇ ਸੀਗੇ, ਬਹੁਤ ਸਾਰੇ ਲੋਕਾਂ ਦੀਆਂ ਕੁਐਰੀਜ਼ ਆਉਂਦੀਆਂ ਸੀਗੀਆਂ, ਬਹੁਤ ਸਾਰੇ ਕੇਸਿਸ ਵੀ ਪ੍ਰੋਸੈਸ ਹੋ ਗਏ ਕਿ UK ਬਾਰੇ ਕੋਈ ਵੀ ਇਨਫੋਰਮੇਸ਼ਨ ਹਜੇ ਤੱਕ ਹੋਮ ਗਲੋਬਲ ਵੱਲੋਂ ਨਹੀਂ ਦਿੱਤੀ ਗਈ। ਸੋ ਅੱਜ ਪਿਛਲੇ 1 ਮਹੀਨੇ ਦੀ ਜੱਦੋਜਹਿਦ ਤੋਂ ਬਾਅਦ ਇਹ ਚੀਜ਼ ਫਾਈਨਲ ਹੋਈ ਹੈ, ਅਤੇ ਇਸ ਕਰਕੇ ਤੁਹਾਡੇ ਸਾਹਮਣੇ ਰੱਖ ਰਿਹਾ, ਸਟੱਡੀ ਇਨ UK ਆਲ ਫੀਸ ਆਫਟਰ ਵੀਜ਼ਾ। ਜੀ ਹਾਂ, ਸੇਮ ਜੋ ਕੈਨੇਡਾ ਦੇ ਵਿੱਚ ਤੁਸੀਂ ਕੀਤਾ, ਤੁਸੀਂ ਦੇਖਿਆ ਤੁਹਾਡੇ ਦੋਸਤ ਪਿੱਤਰ ਰਿਸ਼ਤੇਦਾਰ ਹੋਮ ਗਲੋਬਲ ਦੀ ਸਰਵਿਸਿਜ਼ ਲੈ ਕੇ ਕੈਨੇਡਾ ਗਏ ਨੇ, ਪੈਸੇ ਦਾ ਕੋਈ ਨੁਕਸਾਨ ਨਹੀਂ ਹੋਇਆ। UK ਇੱਕ ਉਹ ਕੰਟਰੀ, ਜੇ ਆਪਾਂ 2009-2010 ਦੀ ਗੱਲ ਕਰ ਲਈਏ, ਪੈਸੇ ਗਏ ਵਾਪਸ ਨਹੀਂ ਆਏ ਲੋਕਾਂ ਦੇ। ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਏਜੰਟਸ, ਜਿਹਨਾਂ 'ਚੋਂ ਸ਼ਾਇਦ ਮੈਂ ਵੀ ਇੱਕ ਸੀਗਾ, UK ਦੇ ਵਿੱਚ ਪੈਸੇ ਗਏ ਕਿਤੇ ਵਾਪਸ ਨਹੀਂ ਆਏ। ਅਤੇ ਅੱਜ ਦੀ ਡੇਟ 'ਚ ਫਿਰ ਦੁਬਾਰਾ ਉਹੀ ਕੰਮ ਸ਼ੁਰੂ ਹੋ ਗਿਆ, UK ਨੇ ਪੋਸਟ ਸਟੱਡੀ ਵਰਕ ਵੀਜ਼ਾ ਦਾ ਅਨਾਊਂਸ ਕਰ ਦਿੱਤਾ। ਸੱਤ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ UK ਨੇ ਅਨਾਊਂਸ ਕੀਤਾ, 2012 'ਚ ਬੰਦ ਕੀਤਾ ਸੀ, ਅੱਜ 2019 'ਚ ਕਰ ਗਿਆ, ਅਤੇ 7 ਸਾਲਾਂ ਬਾਅਦ ਅਨਾਊਂਸ ਕੀਤਾ। ਵੀਜ਼ਾਜ਼ ਵੀ ਲੱਗਣੇ ਸ਼ੁਰੂ ਹੋ ਗਏ, ਜੇ ਤੁਸੀਂ ਦੇਖ ਰਹੇ ਹੋ, ਫੋਲੋ ਕਰ ਰਹੇ ਹੋ, ਬਹੁਤ ਸਾਰੇ ਏਜੰਟਸ, ਬਹੁਤ ਸਾਰੇ ਕੰਸਲਟੈਂਟਸ ਆਲਰੇਡੀ ਦੱਸਣ ਲੱਗ ਗਏ, ਬਟ ਅਲਟੀਮੇਟਲੀ ਕੰਮ ਫਿਰ ਉਹੀ ਦੁਬਾਰਾ ਸ਼ੁਰੂ ਹੋ ਗਿਆ। ਪੈਸੇ ਜਾ ਰਹੇ ਆ UK ਦੇ ਵਿੱਚ, ਧੜਾਧੜ ਫੀਸਾਂ ਟ੍ਰਾਂਸਫਰ ਹੋ ਰਹੀਆਂ, ਉਹ ਫੀਸਾਂ ਮੁੜਨਗੀਆਂ ਕਿ ਨਹੀਂ ਮੁੜਨਗੀਆਂ, ਇਸ ਚੀਜ਼ ਦਾ ਕਿਸੇ ਨੂੰ ਕੁਛ ਨਹੀਂ ਪਤਾ। ਸੋ ਉਸ ਚੀਜ਼ 'ਤੇ ਵਿਚਾਰ ਰੱਖਦੇ ਹੋਏ